ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ। ਜਸਟਿਨ ਟਰੂਡੋ ਨੇ ਦਲਜੀਤ ਦੋਸਾਂਝ ਨੂੰ ਕਿਹਾ ਕਿ ਪੰਜਾਬ ਦਾ ਮੁੰਡਾ ਅਤੇ ਭਾਜਪਾ ਆਗੂ ਨੇ ਉਸ ਨੂੰ ਇੱਕ ਵੱਡਾ ਇਸ਼ੂ ਬਣਾ ਲਿੱਤਾ ਅਤੇ ਉਹਨਾਂ ਨੇ ਕਿਹਾ ਕਿ ਇਹ ਜਾਣ ਬੁੱਝ ਕੇ ਸ਼ਰਾਰਤ ਜਸਟਿਨ ਟਰੂਡੋ ਵੱਲੋਂ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਸੋਮਵਾਰ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਦਲਜੀਤ ਦੋਸਾਂਝ ਨੂੰ ਭਾਰਤੀ ਗਾਇਕ ਦੀ ਥਾਂ ਪੰਜਾਬੀ ਗਾਇਕ ਦੱਸ ਕੇ ਜਾਣ ਬੁੱਝ ਕੇ ਸ਼ਰਾਰਤ ਕਰਨ ਦਾ ਦੋਸ਼ ਲਗਾਇਆ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਨੀਵਾਰ ਨੂੰ ਟੋਰਾਂਟੋ ਵਿੱਚ ਬਾਅਦ ਵਾਲੇ ਸ਼ੋਅ 'ਤੇ ਪਹਿਲਾ ਅਦਾਕਾਰ ਗਾਇਕ ਦਲਜੀਤ ਦੋਸਾਂਝ ਦੇ ਨਾਲ ਜਿੱਥੇ ਮੁਲਾਕਾਤ ਕਰਦੇ ਨਜ਼ਰ ਆ ਰਹੇ ਨੇ, ਉੱਥੇ ਦੱਸ ਦਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ਼ਨੀਵਾਰ ਨੂੰ ਟੋਰਾਂਟੋ ਵਾਲੇ ਸ਼ੋਅ ਦੇ ਵਿੱਚ ਅਦਾਕਾਰ ਦਲਜੀਤ ਦੋਸਾਂਝ ਦੇ ਨਾਲ, ਜੋ ਉਹਨਾਂ ਨੇ ਆਪਣੀ ਫੋਟੋ ਨੂੰ ਐਕਸ ਦੇ ਉੱਪਰ ਵੀ ਸ਼ੇਅਰ ਕੀਤਾ, ਉਸ ਦੇ ਵਿੱਚ ਨਜ਼ਰ ਆ ਰਹੇ ਨੇ। ਅਤੇ ਅਚਾਨਕ ਚੱਲਦੇ ਸ਼ੋਅ ਦੇ ਵਿੱਚ ਜਸਟਿਨ ਟਰੂਡੋ ਸਟੇਜ ਦੇ ਉੱਪਰ ਨਜ਼ਰ ਆ ਰਹੇ ਨੇ, ਜਿੱਥੇ ਉਹਨਾਂ ਨੇ ਦਲਜੀਤ ਦੋਸਾਂਝ ਦੇ ਨਾਲ ਘੁੱਟ ਕੇ ਜੱਫੀ ਪਾਈ, ਫੋਟੋਆਂ ਖਿਚਵਾਈਆਂ ਅਤੇ ਉੱਥੇ ਦੂਜੇ ਅਦਾਕਾਰਾਂ ਨਾਲ ਵੀ ਉਹਨਾਂ ਨੇ ਹੈਂਡਸ਼ੇਕ ਕੀਤਾ। ਕੈਨੇਡਾ ਇਹ ਤਸਵੀਰ ਜੋ ਉਹਨਾਂ ਨੇ ਆਪਣੇ ਐਕਸ ਦੇ ਉੱਪਰ ਸ਼ੇਅਰ ਕੀਤੀ ਹੈ ਅਤੇ ਉਸ ਵਿੱਚ ਲਿਖਿਆ, ਕੈਨੇਡਾ ਇੱਕ ਮਹਾਨ ਦੇਸ਼ ਹੈ ਜਿੱਥੇ ਪੰਜਾਬ ਦਾ ਇੱਕ ਮੁੰਡਾ ਇਤਿਹਾਸ ਰਚ ਸਕਦਾ ਅਤੇ ਉਹ ਸਟੇਡੀਅਮ ਨੂੰ ਸੋਲਡ ਆਊਟ ਕਰ ਸਕਦਾ। ਵਿਭਿੰਨਤਾ ਸਿਰਫ ਸਾਡੀ ਤਾਕਤ ਨਹੀਂ, ਇਹ ਇੱਕ ਸੁਪਰ ਪਾਵਰ ਹੈ। ਅਤੇ ਇਹ ਗੱਲ ਜਸਟਿਨ ਟਰੂਡੋ ਵੱਲੋਂ ਐਕਸ ਦੇ ਉੱਪਰ ਪੋਸਟ ਕੀਤੀ ਗਈ ਹੈ। ਹਾਲਾਂਕਿ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੁਆਰਾ ਉਹਨਾਂ ਦੀ ਆਲੋਚਨਾ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਠੀਕ ਕਰਨ ਦਿਓ ਸ਼੍ਰੀਮਾਨ ਪ੍ਰਧਾਨ ਜੀ, ਪ੍ਰਧਾਨ ਮੰਤਰੀ ਜੀ, ਜਿੱਥੇ ਭਾਰਤ ਦਾ ਇੱਕ ਵਿਅਕਤੀ ਇਤਿਹਾਸ ਰਚ ਸਕਦਾ ਅਤੇ ਸਟੇਡੀਅਮ ਸੋਲਡ ਆਊਟ ਕਰ ਸਕਦਾ, ਦਲਜੀਤ ਦੋਸਾਂਝ ਵਰਗੇ ਸ਼ਾਨਦਾਰ ਕਲਾਕਾਰ ਦੀ ਤਾਰੀਫ ਕਰਨਾ ਤੁਹਾਡਾ ਇਸ਼ਾਰਾ ਸ਼ਬਦ ਪਲੇ ਦੁਆਰਾ ਤੁਹਾਡੇ ਜਾਣ ਬੁੱਝ ਕੇ ਕੀਤੇ ਗਏ ਸ਼ਰਾਰਤ ਨੂੰ ਪੂਰੀ ਤਰ੍ਹਾਂ ਇਹ ਦਿਖਾਉਂਦਾ। ਭਾਜਪਾ ਆਗੂ ਨੇ ਅੱਗੇ ਇਹ ਵੀ ਕਿਹਾ ਕਿ ਕੈਨੇਡਾ ਵਿੱਚ ਦਲਜੀਤ ਦੋਸਾਂਝ ਦਾ ਸੰਗੀਤ ਪ੍ਰੋਗਰਾਮ ਸ਼ਾਨਦਾਰ ਅਤੇ ਦੁਰਲੱਭ ਅਨੁਭਵ ਸੀ। ਉਹਨਾਂ ਨੇ ਕਿਹਾ ਕਿ ਜਸਟਿਨ ਟਰੂਡੋ ਨੂੰ ਹਾਜ਼ਰੀ ਭਰਦਿਆਂ ਅਤੇ ਉਸ ਨਾਲ ਤਸਵੀਰ ਖਿਚਾਉਣਾ ਇੱਕ ਹੋਰ ਮਾਣ ਵਾਲੇ ਪਲ ਸਨ ਅਤੇ ਮੈਨੂੰ ਇੱਕ ਭਾਰਤੀ ਅਤੇ ਇੱਕ ਪੰਜਾਬੀ ਕਲਾਕਾਰ ਨੂੰ ਅਜਿਹੀ ਮਾਨਤਾ ਪ੍ਰਾਪਤ ਹੁੰਦੇ ਦੇਖ ਮਾਣ ਮਹਿਸੂਸ ਹੋਇਆ। ਪ੍ਰਧਾਨ ਮੰਤਰੀ ਉਸ ਨੂੰ ਮਿਲਣ ਆਏ। ਹਾਲਾਂਕਿ ਟਰੂਡੋ ਨੇ ਇਸ ਕਲਾਕਾਰ ਦੀ ਭਾਰਤੀ ਵਜੋਂ ਪਹਿਚਾਣ ਨਾ ਕਰਕੇ ਆਪਣੇ ਚੰਗੇ ਸੰਕੇਤ ਨੂੰ ਵਿਗਾੜ ਦਿੱਤਾ। ਪ੍ਰਧਾਨ ਮੰਤਰੀ ਦਾ ਅਹੁਦਾ ਸਨਮਾਨਜਨਕ ਹੈ ਅਤੇ ਉਹਨਾਂ ਨੂੰ ਇਹ ਮਾਣ ਬਰਕਰਾਰ ਰੱਖਣਾ ਚਾਹੀਦਾ। ਸਿਰਸਾ ਨੇ ਗੱਲ ਆਖੀ ਹੈ। ਦਲਜੀਤ ਦੋਸਾਂਝ ਨੇ ਪਿਛਲੇ ਹਫ਼ਤੇ ਕੈਨੇਡਾ ਵਿੱਚ ਟੋਰਾਂਟੋ ਦੇ ਰੋਜਰ ਸੈਂਟਰ ਵਿੱਚ ਇੱਕ ਵੱਡਾ ਸ਼ੋਅ ਜੋ ਔਰਗਨਾਈਜ਼ ਕੀਤਾ ਅਤੇ ਉਹਦੇ ਵਿੱਚ ਪਰਫਾਰਮੈਂਸ ਕੀਤੀ ਅਤੇ ਇਹ ਸ਼ੋਅ ਪੂਰੀ ਤਰ੍ਹਾਂ ਸੋਲਡ ਆਊਟ ਰਿਹਾ। ਪੰਜਾਬੀ ਕਲਾਕਾਰ ਨੇ ਇਤਿਹਾਸ ਰਚ ਦਿੱਤਾ। ਉਸ ਨੇ ਬ੍ਰਾਊਨ ਟੂ ਸ਼ਾਈਨ ਵਰਗੇ ਮਸ਼ਹੂਰ ਟਰੈਕਾਂ ਅਤੇ ਆਪਣੇ ਇੰਸਟਾਗ੍ਰਾਮ ਕਹਾਣੀ ਤੋਂ ਖੁਸ਼ ਕਰਨ ਵਾਲੀ ਭੀੜ ਅਤੇ ਪ੍ਰਦਰਸ਼ਨ ਦੇ ਨਾਲ ਵੀ ਜਿੱਥੇ ਬਹੁਤ ਅੱਛਾ ਪ੍ਰਦਰਸ਼ਨ ਕੀਤਾ। ਦੋਸਾਂਝ ਸਾਲਾਂ ਤੋਂ ਵਿਸ਼ਵ ਵਿਆਪੀ ਮਾਨਤਾ ਦਾ ਪਿੱਛਾ ਕਰ ਰਿਹਾ ਅਤੇ ਪੰਜਾਬੀ ਗਾਇਕ ਅਤੇ ਅਭਿਨੇਤਾ ਨੇ ਹਾਲ ਹੀ ਵਿੱਚ ਜਿੰਮੀ ਫੈਲੋਨ ਦੇ ਨਾਲ ਇੱਕ ਸ਼ੋਅ ਵੀ ਪ੍ਰਦਰਸ਼ਨ ਕੀਤਾ ਸੀ। ਅਮਰੀਕਾ ਵਿੱਚ ਲਹਿਰਾਂ ਦੇ ਅੰਦਰ ਕੋਚੀਲਾ ਸ਼ੋਅ ਦੇ ਵਿੱਚ ਵੀ ਇਤਿਹਾਸ ਰਚਿਆ ਸੀ ਅਤੇ ਪੰਜਾਬੀ ਰੋਮੈਂਟਿਕ ਕੌਮੇਡੀ ਫਿਲਮ ਜੱਟ ਐਂਡ ਜੂਲੀਅਟ 3 ਉੱਤਰੀ ਅਮਰੀਕਾ ਦੇ ਵਿੱਚ ਬਾਕਸ ਆਫਿਸ ਦੇ ਉੱਪਰ ਸੁਪਰ ਹਿੱਟ ਰਹੀ ਅਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਦਲਜੀਤ ਦੋਸਾਂਝ ਨੂੰ ਸਿਖਰਲੇ ਮਿਆਰ 'ਤੇ ਲੈ ਗਈਆਂ। ਪਰ ਹੁਣ ਇਹ ਸ਼ੋਅ ਕਿਤੇ ਨਾ ਕਿਤੇ ਕੈਨੇਡਾ ਅਤੇ ਭਾਰਤ ਦੀ ਸਿਆਸਤ ਦੇ ਵਿੱਚ ਵਿਵਾਦ ਬਣ ਚੁੱਕਿਆ।
ਰੇੜੇ ਨਾਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ।